ਮੈਂ 29 ਫੰਦੇ ਪਾ ਕੇ ਦੋ ਸਲਾਈਆਂ ਪਲੇਨ ਚੜਾਈਆਂ ਅਸੀਂ ਥੱਲੇ ਉੱਪਰ ਡਿਜ਼ਾਈਨ ਸ਼ੁਰੂ ਕੀਤਾ ਇਹ ਜਿਹੜਾ ਇੰਨਾ ਡਿਜ਼ਾਈਨ ਹੈਗਾ ਇਹ 14 ਫੰਦਿਆਂ ਦਾ ਡਿਜ਼ਾਈਨ ਹੈ ਪਹਿਲੇ ਦੋ ਫੰਦੇ ਆਪਾਂ ਸਿੱਧੇ ਬਣਾਵਾਂਗੇ ਧਾਗਾ ਅੱਗੇ ਕਰਕੇ ਇੱਕ ਦੋ ਫੰਦੇ ਆਪਾਂ ਸਿੱਧੇ ਹੁਣ ਲੈ ਜਿਹੜਾ ਤੀਜਾ ਫੰਦਾ ਉਹਨੂੰ ਆਪਾਂ ਇਸ ਤਰ੍ਹਾਂ ਦੋ ਫੰਦਿਆਂ ਦਾ ਇੱਕ ਫੰਦਾ ਚ ਕਰ ਲੈਣਾ ਇੱਥੇ ਆਪਾਂ ਜਾਲੀ ਪਾ ਲਈ ਹੀ ਇੱਥੇ ਆਪਾਂ ਦੋ ਫੰਦਿਆਂ ਦਾ ਇੱਕ ਫੰਦਾ ਕਰਤਾ ਅੱਗੇ ਧਾਗਾ ਕਰਕੇ ਚਾਰ ਫੰਦੇ ਆਪਾਂ ਉਲਟੇ ਬਣਾਵਾਂਗੇ ਫੇਰ ਧਾਗਾ ਪਿਛੇ ਕਰਕੇ ਦੋ ਫੰਦਿਆਂ ਦਾ ਇੱਕ ਫੰਦਾ ਬਣਾ ਲਿਆ ਦੋ ਫੰਦੇ ਬਣਾ ਕੇ ਸਿੱਧੇ ਹੋਰ ਅੱਗੇ ਧਾਗਾ ਕਰਕੇ ਇੱਕ ਜਾਲੀ ਪਾਤੀ ਜਿਹੜੇ ਦੋ ਫੰਦੇ ਆਪਣੇ ਇੱਥੋਂ ਘਟੇ ਇੱਥੋਂ ਘਟਿਆ ਇੱਕ ਇੱਥੋਂ ਉਹ ਆਪਣੀ ਇੱਕ ਜਾਲੀ ਇੱਧਰ ਪੈ ਗਈ ਇੱਕ ਜਾਲੀ ਆਪਣੀ ਇੱਧਰ ਪੈ ਗਈ ਹੁਣ ਫੇਰ ਅੱਗੇ ਧਾਗਾ ਕਰਕੇ ਇੱਕ ਜਾਲੀ ਬਣਾਵਾਂਗੇ ਇੱਕ ਦੋ ਫੰਦੇ ਸਿੱਧੇ ਉਨਕੇ ਦੋ ਫੰਦੇ ਆ ਦਾ ਇੱਕ ਫੰਦਾ ਕਰ ਦਾਂਗੇ ਧਾਗਾ ਅੱਗੇ ਕਰਕੇ ਚਾਰ ਫੰਦੇ ਉਲਟੇ ਫੇਰ ਧਾਗਾ ਪਿੱਛੇ ਕਰਕੇ ਦੋ ਫੰਦੇਆਂ ਦਾ ਇੱਕ ਫੰਦਾ ਦੋ ਫੰਦੇ ਸਿੱਧੇ ਅੱਗੇ ਧਾਗਾ ਕਰਕੇ ਫੇਰ ਲਾਸਟ ਦੇ ਦੋ ਫੰਦੇ ਸਿੱਧੇ ਉਲਟੀ ਸिलाई ਉਲਟੇ ਫੰਦੇ ਆਪਾਂ ਉਲਟੇ ਬਣਾਵਾਂਗੇ ਜਿਹੜੇ ਉਧਰ ਆਪਾਂ ਚਾਰ ਫੰਦੇ ਉਲਟੇ ਬਣਾਏ ਸੀ ਉਹ ਹੁਣ ਆਪਣੇ ਸਿੱਧੇ ਹੋ ਜਾਣਗੇ ਸਾਰੀ ਸਲਾਈ ਆਪਾਂ ਇਸ ਤਰ੍ਹਾਂ ਹੀ ਕੰਪਲੀਟ ਕਰਾਂਗੇ ਉਲਟੇ ਫੰਦਿਆਂ ਦੇ ਉਲਟੇ ਫੰਦੇ ਸਿੱਧੇ ਫੰਦਿਆਂ ਦੇ ਸਿੱਧੇ ਫੰਦੇ ਹੁਣ ਦੂਜੀ ਸਿੱਧੀ ਸਲਾਈ ਆਪਣੀ ਚੜਨ ਲੱਗੀ ਪਹਿਲੇ ਦੋ ਫੰਦੇ ਸਿੱਧੇ ਬਣਾਵਾਂਗੇ ਧਾਗਾ ਅੱਗੇ ਕਰਕੇ 1 2 3 ਅੱਗੇ ਆਪਾਂ 2 ਫੰਦੇ ਉਨਕੇ ਦੋ ਦਾ ਇੱਕ ਕੀਤਾ ਸੀ ਹੁਣ ਆਪਣੇ 3 ਫੰਦੇ ਹੋਗੇ 3 ਫੰਦੇ ਕਰਕੇ 2 ਫੰਦਿਆਂ ਦਾ ਇੱਕ ਫੰਦਾ ਕਰ ਲਾਂਗੇ ਏਕਾ ਜਿਹੜੇ ਆਪਾਂ 4 ਫੰਦੇ ਉਲਟੇ ਕੀਤੇ ਉਧਰੋਂ ਲੈਣਾ ਇੱਕ ਸਿੱਧਾ ਫੰਦਾ ਲੈਣਾ ਜਿਹੜੇ 4 ਫੰਦੇ ਆਪਣੇ ਉਲਟੇ ਹੀ ਉਹ ਹੁਣ 2 ਫੰਦੇ ਉਲਟੇ ਰਹਿ ਜਾਣੇ ਫੇਰ ਧਾਗਾ ਪਿੱਛੇ ਕਰਕੇ 2 ਫੰਦਿਆਂ ਦਾ ਇੱਕ ਫੰਦਾ 1 2 3 ਇੱਥੇ ਹੁਣ ਆਪਣੇ ਤਿੰਨ ਫੰਦੇ ਆ ਗਏ ਧਾਗਾ ਅੱਗੇ ਕਰਕੇ ਇੱਕ ਫੰਦਾ ਸਿੱਧਾ ਫੇਰ ਧਾਗਾ ਅੱਗੇ ਕਰਕੇ ਇੱਕ ਜਾਲੀ 2 3 ਇਹ ਕਾ ਸਿੱਧਾ ਫੰਦਾ ਲੈ ਕੇ ਇੱਕਾ ਉਲਟਾ ਫੰਦਾ ਲੈ ਕੇ ਇਹਨਾਂ ਦੋ ਫੰਦਿਆਂ ਦਾ ਇੱਕ ਫੰਦਾ ਬਣਾਵਾਂਗੇ ਧਾਗਾ ਅੱਗੇ ਕਰਕੇ ਦੋ ਫੰਦੇ ਉਲਟੇ ਪੇਤਾ ਗਾ ਪਿੱਛੇ ਕਰਕੇ ਦੋ ਫੰਦੇ ਆ ਦਾ ਇੱਕ ਫੰਦਾ ਇੱਕ ਦੋ ਤਿੰਨ ਫੰਦੇ ਉਲਟੇ ਇਹ ਸਿੱਧੇ ਤਾਂ ਗਾ ਅੱਗੇ ਕਰਕੇ ਜਾਲੀ ਬਣਾਵਾਂਗੇ ਇੱਥੇ ਦੋ ਫੰਦੇ ਸਿੱਧੇ ਉਲਟੀ ਸਲਾਈ ਫੇਰ ਆਪਣੇ ਉਲਟੇ ਫੰਦੇ ਉਲਟੇ ਆਉਣਗੇ ਜਿਹੜੇ ਸਿੱਧੇ ਫੰਦੇ ਆ ਉਹ ਆਪਣੇ ਸਿੱਧੇ ਆਉਣਗੇ अगे अपने चार फंदे सीधे ही हम अपने को दो फंदे सीधे रह गए सारी सिलाई आप इस तरह ही कंप्लीट करा हम तीसरी सीधी सिलाई अपनी चढ़न लगी पहले फंदे अपने दो सीधे ताके जाली बनाव गे इतना एक दो तीन ਚਾਰ ਸਿੱਧੇ ਹੋ ਗਏ ਹਨ ਆਪਣੇ ਕੋਲ ਇੱਕ ਕਾ ਸਿੱਧਾ ਇੱਕ ਉਲਟਾ ਫੰਦਾ ਲੈ ਕੇ ਇਹਨਾਂ ਦੋ ਫੰਦਿਆਂ ਦਾ ਇੱਕ ਫੰਦਾ ਬਣਾ ਦਾਂਗੇ ਇਧਰੋਂ ਫੇਰ ਦੋ ਫੰਦਿਆਂ ਦਾ ਇੱਕ ਫੰਦਾ ਬਣਾਤਾ ਇਧਰ ਚਾਰ ਫੰਦੇ ਆਪਣੇ ਫੇਰ ਸਿੱਧੇ 2 3 4 ਤੱਕ ਅੱਗੇ ਕਰਕੇ ਜਾਲੀ ਬਣਾ ਲਈ ਹੁਣ ਆਪਣੇ ਆ ਜਿਹੜੇ ਚਾਰ ਫੰਦੇ ਸੀ ਇਹ ਵਿੱਚ ਲੈ ਇਹ ਆਪਣੇ ਘਟ ਕੇ ਇਧਰੋਂ ਇੱਕ ਇੱਕ ਫੰਦਾ ਜਾਲੀ ਦਾ ਬਣ ਕੇ ਤੇ ਇਧਰੋਂ ਵੱਧ ਕੇ ਫੰਦੇ ਫਿਰ ਤਾਂ ਗਾਗੇ ਕਰਕੇ ਇੱਕ ਜਾਲੀ ਇੱਕ ਦੋ ਤਿੰਨ ਚਾਰ ਦੋ ਫੰਦਿਆਂ ਦਾ ਇੱਕ ਇਧਰੋਂ ਵੀ ਦੋ ਫੰਦਿਆਂ ਦਾ ਇੱਕ ਫਿਰ ਇੱਕ ਦੋ तीन चार धागा अगे करके जाली बना के दो फंदे सीधे उल्टी सिलाई अपनी सारी ये उल्टी प्लेन आऊगी हम अपने को सीधा ये कोई फंदा नहीं है सारी उल्टी ही बनूगी अब इस बुनाई के तरीके को बार बार दोहराए और एक बहुत ही खूबसूरत एक रंग का स्वेटर का डिजाइन तैयार करें। अगर आपने इस चैनल को सब्सक्राइब नहीं किया तो जरूर करें ताकि हम आपको नए-नए डिजाइन की वीडियोस के साथ